ਤੁਸੀਂ ਦੇਖ ਰਹੇ ਹੋ ABC ਪੰਜਾਬ ਅਤੇ ਅੱਜ ਅਸੀਂ ਪੰਜਾਬ ਦੇ ਮਹੱਤਵਪੂਰਨ ਮੁੱਦਿਆਂ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮਹੱਤਵਪੂਰਨ ਮੁੱਦਾ ਕਿ ਸੈਂਟਰ ਦੇ ਵਜ਼ੀਰ, ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਪੰਜਾਬ 'ਚ ਗੇੜਾ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਹ ਕਹਿ ਦੇਣਾ ਕਿ ਪੰਜਾਬ ਸਰਕਾਰ ਹੁਣ ਜ਼ਿਆਦਾਤਰ ਨਹੀਂ ਚੱਲਦੀ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਪਰਿਵਾਰ ਤੱਕ ਗੱਲ ਪਹੁੰਚ ਗਈ ਆ। ਅਤੇ ਚੌਥਾ ਮੁੱਦਾ ਹੈ ਕਿ ਜਿਹੜੀਆਂ ਪੰਜਾਬ ਦੀਆਂ ਕੁਝ ਅਜਿਹੀਆਂ ਸੀਟਾਂ ਨੇ, ਚਾਹੇ ਉਹ ਸੰਗਰੂਰ ਹੋਵੇ, ਚਾਹੇ ਉਹ ਖਡੂਰ ਸਾਹਿਬ ਹੋਵੇ, ਚਾਹੇ ਫਰੀਦਕੋਟ, ਇਹਨੂੰ ਹੋਰ ਰੁੱਖ ਦੇ ਨਾਲ ਦੇਖਿਆ ਜਾ ਰਿਹਾ। ਇਹ ਸਾਰੇ ਮਸਲਿਆਂ 'ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿ ਪੰਜਾਬ ਦੀਆਂ 13 ਸੀਟਾਂ ਦੀ ਤਾਂ ਰੋਜ਼ ਗੱਲ ਹੁੰਦੀ ਆ ਵੀ ਕੌਣ ਜਿੱਤੂਗਾ, ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆ ਜਾਣੀਆਂ, ਲੇਕਿਨ ਜਦ ਗੱਲ ਪਹੁੰਚਦੀ ਨਾ ਖਡੂਰ ਸਾਹਿਬ ਅਤੇ ਖਡੂਰ ਸਾਹਿਬ ਤੋਂ ਫਰੀਦਕੋਟ ਅਤੇ ਫਰੀਦਕੋਟ ਤੋਂ ਆ ਕੇ ਗੱਲ ਸੰਗਰੂਰ ਅਤੇ ਥੋੜ੍ਹਾ ਜਿਹਾ ਜਾ ਕੇ ਫਿਰ ਬਠਿੰਡੇ, ਲੱਖੇ, ਸਦਾਣੇ ਤੱਕ ਵੀ ਪਹੁੰਚ ਜਾਂਦੀ ਆ। ਇਹ ਜਿਹੜਾ ਲੋਕਾਂ ਦਾ ਇਹਨਾਂ ਸੀਟਾਂ ਵੱਲ ਧਿਆਨ ਗਿਆ, ਇਹਨੂੰ ਤੁਸੀਂ ਕਿਵੇਂ ਮਾਪਦੇ ਹੋ? ਦੇਖੋ, ਇੱਕ ਤਾਂ ਨਾ ਸਾਨੂੰ ਇਹ ਸਮਝਣ ਦੀ ਲੋੜ ਹੈ, ਇੱਥੋਂ ਇੱਕ ਸਪਸ਼ਟ ਹੁੰਦਾ ਵੀ ਜਿਹੜੀਆਂ ਅਸਟੈਬਲਿਸ਼ਡ ਪਾਰਟੀਆਂ ਨੇ ਜੀ, ਕਾਂਗਰਸ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਵਿੱਚ ਹੀ ਸ਼ੁਮਾਰ ਹੋ ਗਈ ਜੀ, ਜਿਹੜੇ ਰਿਜ਼ਲਟ ਸਾਹਮਣੇ ਆ ਰਹੇ ਨੇ। ਇਹਦਾ ਮਤਲਬ ਇਹ ਜੋ ਕਹਿੰਦੀਆਂ ਨੇ, ਜੋ ਕਰਦੀਆਂ ਨੇ, ਲੋਕਾਂ ਦਾ ਭਰੋਸਾ ਨਹੀਂ ਰਿਹਾ ਇਹਨਾਂ ਤੋਂ, ਇਹਦਾ ਮਤਲਬ ਭਰੋਸਾ ਉੱਠ ਚੁੱਕਾ, ਤਾਂ ਹੀ ਲੋਕ ਟਿਲਟ ਹੁੰਦੇ ਨੇ ਪੰਜਵੀਂ ਧਿਰ ਵੱਲ ਜੀ। ਪੰਜਾਬ ਦੀ ਜਿਹੜੀ ਅਸੀਂ ਟੋਟਲ ਅਸੀਂ ਵੋਟਾਂ ਲੈ ਲਈਏ ਤਾਂ 19 ਸਾਲ ਤੋਂ ਜਿਹੜੇ 39 ਸਾਲ ਤੱਕ ਦੀ ਉਮਰ ਦੀ ਵੋਟ ਗਰੁੱਪ ਹੁੰਦਾ ਹੈਗਾ, ਯੂਥ ਵੋਟ ਕਹਿੰਦੇ ਹਾਂ, ਉਹ ਤਕਰੀਬਨ 50% ਹੈ। ਇੱਕ ਅੱਧਾ ਪਰਸੈਂਟ ਵੱਧ ਘੱਟ ਵੀ ਹੋ ਸਕਦਾ ਹੈਗਾ। ਇਹ ਬੜਾ ਡਿਸਾਈਸਿਵ ਵੋਟ ਹੈ ਜਿਹੜਾ ਉਹ ਹੁੰਦਾ ਹੈ। ਤੁਸੀਂ ਦੇਖੋਗੇ ਵੀ ਚਾਹੇ ਖਡੂਰ ਸਾਹਿਬ ਹੋਵੇ, ਚਾਹੇ ਫਰੀਦਕੋਟ ਹੋਵੇ, ਚਾਹੇ ਸੰਗਰੂਰ ਹੋਵੇ, ਬਠਿੰਡਾ ਹੋਵੇ ਜਾਂ ਕੋਈ ਹੋਰ ਹਲਕਾ ਹੋਵੇ, ਜਿਹੜੇ ਅੰਮ੍ਰਿਤਪਾਲ ਜਾਂ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਹੈ ਅਗਵਾਈ ਵਾਲੇ ਪਾਰਟੀ ਨੂੰ, ਅਕਾਲੀ ਦਲ ਨੂੰ ਲੋਕ ਸਪੋਰਟ ਕਰ ਰਹੇ ਨੇ, ਇਹੀ ਏਜ ਗਰੁੱਪ ਜਿਹੜਾ ਹੈ ਉਹ ਜ਼ਿਆਦਾ ਗਲੀਆਂ 'ਚ, ਮੁਹੱਲਿਆਂ 'ਚ, ਸੜਕਾਂ 'ਤੇ ਖੁੱਲ੍ਹ ਕੇ ਜਿਹੜਾ ਉਹ ਨਿੱਤਰ ਕੇ ਸਾਹਮਣੇ ਆ ਰਿਹਾ। ਕਲੀਅਰ ਕੱਟ ਮੈਂ ਤਾਂ ਇਹੀ ਜਿਹੜਾ ਅੰਦਾਜ਼ਾ ਲਾਉਂਦੇ ਹਾਂ ਵੀ ਇੱਕ ਨਿਰਾਸ਼ਾ ਹੈ, ਵੀ ਇੱਕ ਗੁੱਸਾ ਹੈ ਲੋਕਾਂ ਨੂੰ, ਸਮੇਂ ਦੀਆਂ ਸਰਕਾਰਾਂ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਵੀ ਇਹਦਾ ਮਤਲਬ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਸਾਡਾ ਯੂਥ ਹੈ ਜਿਹੜਾ ਉਹ ਬੇਰੁਜ਼ਗਾਰੀ ਦਾ ਝੰਬਿਆ ਹੋਇਆ ਹੈਗਾ। ਪਹਿਲਾਂ ਲੋਕ ਬਾਹਰ ਨੂੰ, ਕੈਨੇਡਾ ਵੱਲ ਨੂੰ ਭੱਜਦੇ ਸੀ, ਹੁਣ ਕੈਨੇਡਾ ਦਾ ਵੀ ਸਥਿਤੀ ਜਿਹੜੀ ਹੈ ਆਪਣੇ ਸਾਡੇ ਸਾਹਮਣੇ ਹੈਗੇ, ਉਹ ਕਿਸ ਤਰ੍ਹਾਂ ਦੇ ਹਾਲਾਤ ਹੋਏ ਹੋਏ ਨੇ। ਡਰੱਗ ਦੇ ਇਸ਼ੂ ਨੂੰ ਕੋਈ ਵੀ ਜਿਹੜੀ ਹੈ ਰਾਜਨੀਤਿਕ ਪਾਰਟੀ ਐਡਰੈਸ ਨਹੀਂ ਕਰ ਰਹੀ, ਚਾਹੇ ਉਹ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਾਤ ਨੇ ਜਿਹੜੇ ਰੋਜ਼ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈਗੀ। ਜਦੋਂ ਨਸ਼ਿਆਂ ਦਾ ਹੋ ਗਿਆ, ਬੇਰੁਜ਼ਗਾਰੀ ਦਾ ਹੋ ਗਿਆ, ਜਾਂ ਹੋਰ ਕਈ ਤਰ੍ਹਾਂ ਦਾ ਜਿਹੜਾ ਮਾਫੀਆ ਹੈਗਾ ਉਹਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰਾਂ ਕਾਮਯਾਬ ਨਹੀਂ ਹੁੰਦੀਆਂ, ਤਾਂ ਲੋਕਾਂ ਦਾ ਜਿਹੜਾ ਹੈ ਉਹ ਸਥਾਪਤੀ ਤੋਂ, ਲੋਕਾਂ ਦਾ ਜਿਹੜੀਆਂ ਅਸਟੈਬਲਿਸ਼ਡ ਪਾਰਟੀਆਂ ਨੇ ਸਰਕਾਰਾਂ ਤੋਂ ਭਰੋਸਾ ਉੱਠ ਜਾਂਦਾ, ਤਾਂ ਉਹ ਇੱਕ ਉਮੀਦ ਨਾਲ ਫਿਰ ਦੂਸਰੀ ਪਾਰਟੀ ਵੱਲ ਟਿਲਟ ਹੁੰਦੀਆਂ ਨੇ, ਜਾਂ ਇਹ ਕਹਿ ਲਓ ਵੀ ਉਹਨੂੰ ਸਬਕ ਸਿਖਾਉਂਦੀਆਂ ਨੇ। ਹੁਣ ਅਕਾਲੀਆਂ ਨੂੰ, ਕਾਂਗਰਸੀਆਂ ਨੂੰ ਅਤੇ ਭਾਜਪਾ ਨੂੰ ਸਬਕ ਸਿਖਾਉਣ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ। ਉਦੋਂ ਤੋਂ ਇੱਕ ਇਹ ਗੱਲ ਜ਼ਰੂਰ ਬੁਲੰਦ ਹੈ ਵੀ ਲੋਕਾਂ ਨੇ ਜੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਹਰਮਨ ਪਿਆਰਤਾ ਨਾਲੋਂ ਪ੍ਰਮੁੱਖ ਇਹ ਸੀ ਉਹਨਾਂ ਪਾਰਟੀਆਂ ਨੂੰ ਸਬਕ ਸਿਖਾਉਣਾ। ਜੇ ਉਹ ਸਬਕ ਉਹਨਾਂ ਨੂੰ ਸਿਖਾ ਸਕਦੇ ਨੇ ਤਾਂ ਕਿਸੇ ਹੋਰ ਨੂੰ ਵੀ ਸਿਖਾ ਸਕਦੇ ਨੇ। ਇਸ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਜੋ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਕਿਸੇ ਵੀ ਪਾਰਟੀ ਵੱਲੋਂ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਕੋਈ ਹੋਰ ਹੈ, ਉਹਨਾਂ ਵਾਅਦਿਆਂ 'ਤੇ ਖਰੇ ਉਤਰਿਆ ਜਾਵੇ। ਹੁਣ ਮਿਸਾਲ ਦੇ ਤੌਰ 'ਤੇ ਤੁਸੀਂ ਲਾ ਲਓ ਵੀ 2017 'ਚ ਕਾਂਗਰਸ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ, 4 ਹਫ਼ਤਿਆਂ ਦੇ ਵਿੱਚ ਨਸ਼ਾ
ਖਤਮ ਕਰਨ ਦਾ ਵਾਅਦਾ ਕਰ ਲਿਆ ਲੋਕਾਂ ਨਾਲ, ਜਿਹੜਾ ਕਿ ਨਹੀਂ ਹੋਇਆ। ਕਿਸਾਨਾਂ ਦਾ ਸਾਰਾ ਕਰਜ਼ਾ, ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕਰ ਲਿਆ, ਉਹ ਨਹੀਂ ਹੋਇਆ। ਟਰਾਂਸਪੋਰਟ ਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ, ਸਾਰੇ ਤਰ੍ਹਾਂ ਦਾ ਮਾਫ਼ੀਆ ਖਤਮ ਕਰਨ ਦਾ ਵਾਅਦਾ ਕੀਤਾ ਲੋਕਾਂ ਨਾਲ, ਕੁਛ ਵੀ ਖਤਮ ਨਹੀਂ ਹੋਇਆ। ਸਾਡੇ ਚੀਫ ਮਿਨਿਸਟਰ ਸਾਹਿਬ ਉਸ ਵੇਲੇ ਦੇ 'ਚ ਸੀਗੇ, ਆਪਦੇ ਮਹਿਲਾਂ 'ਚ ਬਹਿ ਕੇ, ਆਪਦੇ ਫਾਰਮਾਂ 'ਤੇ ਬਹਿ ਕੇ ਐਸ਼ ਫਰਮਾ ਰਹੇ ਸੀ। ਉਹਨਾਂ ਦੇ ਜਿਹੜੇ ਇਰਦ ਗਿਰਦ ਜਿੰਨੇ ਬੰਦੇ ਸੀਗੇ ਸਾਰੇ ਉਹ ਐਸ਼ ਕਰ ਰਹੇ ਸੀ ਲੁੱਟਮਾਰ ਤੋਂ ਬਿਨਾਂ। ਇਹ ਕਹਿੰਦੇ ਆ ਲੋਕ ਅਕਸਰ ਸ਼ਰੇਆਮ ਕਹਿੰਦੇ ਵੀ ਲੁੱਟਮਾਰ ਤੋਂ ਬਿਨਾਂ ਕਾਂਗਰਸ ਦੇ ਵਿੱਚ ਹੋਰ ਕੁਛ ਨਹੀਂ ਹੋਇਆ ਕਾਂਗਰਸ ਦਾ। ਤਾਂ ਲੋਕਾਂ ਦੀ ਜਿਹੜੀ ਨਿਰਾਸ਼ਾ ਹੈ ਉਹ ਇਸ ਰੂਪ 'ਚ ਨਿਕਲੀ ਅਤੇ 92 ਸੀਟਾਂ ਆਈਆਂ। ਉਹ ਹੁਣ ਅਸੀਂ ਜਿਹੜੀ ਦੇਖਦੇ ਹਾਂ ਵੀ 2.5 ਸਾਲਾਂ ਦਾ ਜਿਹੜਾ ਕਾਰਜਕਾਲ ਹੈਗਾ, 2.25 ਸਾਲ ਦਾ ਇਸ ਸਰਕਾਰ ਦਾ, ਤਾਂ ਲੋਕਾਂ ਦੀ ਜਿਹੜੀ ਨਿਰਾਸ਼ਾ ਜਿਹੜੀ ਹੈ ਉਹ ਅਸੀਂ, ਮੈਂ ਤਾਂ ਇਹ ਕਹੂੰਗਾ ਵੀ ਜਿਹੜੀ ਦੂਜੀ ਪਾਰਟੀ ਨੂੰ ਜਿਹੜਾ ਸਪੋਰਟ ਜਾਂ ਖੁੱਲ੍ਹ ਕੇ ਮੈਦਾਨ 'ਚ ਨਿਤਰਨਾ, ਇੱਕ ਤਾਂ ਚਲੋ ਇਹ ਹੈ ਵੀ ਨਾ ਇਨਸਾਫ਼ੀ ਜਿਹੜਾ ਯੂਥ ਨੂੰ ਸਾਡੇ ਨੂੰ ਤੁਸੀਂ ਡਿਬਰੂਗੜ੍ਹ ਜੇਲ੍ਹ ਭੇਜਤਾ ਕਿਤੇ ਹੋਰ ਭੇਜਤਾ, ਉਹ ਇੱਕ ਤਾਂ ਇੱਕ ਐਂਗਲ ਉਹ ਹੈ, ਇੱਕ ਜਿਹੜਾ ਨਾਰਾ ਬੁਲੰਦ ਹੋਇਆ ਵੀ ਉਹਨੂੰ ਜੇਲ੍ਹ ਚੋਂ ਕੱਢਣਾ ਹੈਗਾ। ਮਤਲਬ ਇੱਕ ਕਹਿੰਦਾ ਕਿ ਨਸ਼ੇ ਦੀ ਪ੍ਰੋਬਲਮ ਉੱਦਾਂ ਦੀ, ਉੱਦਾਂ ਇੱਕ ਬਿਮਾਰੀ ਬਣ ਚੁੱਕੀ, ਔਰ ਦੂਜਾ ਯੂਥ ਨਿਰਾਸ਼ਾ। ਪਰ ਇਸੇ ਯੂਥ ਨੂੰ ਲੈ ਕੇ ਸਾਰੀਆਂ ਪਾਰਟੀਆਂ ਕਹਿੰਦੇ ਸਾਡੀ ਰੀੜ੍ਹ ਦੀ ਹੱਡੀ ਆ, ਕਈ ਪਾਰਟੀਆਂ ਕਹਿੰਦੀ ਅਸੀਂ ਸਾਡੇ ਭਮੱਕੜ ਆ। ਜਦੋਂ ਰੀੜ੍ਹ ਦੀ ਹੱਡੀ ਜਾਂ ਭਮੱਕੜਾਂ ਦੀ ਗੱਲ ਹੁੰਦੀ ਆ, ਤੁਹਾਨੂੰ ਲੱਗਦਾ ਕਿ ਉੱਥੇ ਜਿਹੜੀ ਦੂਜੀਆਂ ਪਾਰਟੀਆਂ ਸ਼ੋਰ ਸ਼ੋਟ ਵਿਨੇਬਿਲਟੀ ਲੈ ਕੇ ਚੱਲ ਰਹੀਆਂ ਸੀ, ਉਹਨਾਂ ਦੀ ਸਥਿਤੀ ਡਾਵਾਂ ਡੋਲ ਹੋ ਰਹੀ ਹੈ, ਤੁਸੀਂ ਭਾਂਪ ਰਹੇ ਹੋ ਬਾਹਰ ਬੈਠ ਕੇ ਜੀ। ਜੇ ਰੀੜ੍ਹ ਦੀ ਹੱਡੀ ਇਹਨਾਂ ਦੀ ਇੰਨੀ ਮਜ਼ਬੂਤ ਹੁੰਦੀ ਨਾ, ਤਾਂ ਆਮ ਆਦਮੀ ਪਾਰਟੀ 92 ਸੀਟਾਂ ਨਹੀਂ ਸੀ ਲਿਜਾਂਦੀ। ਇਹਦਾ ਮਤਲਬ ਇਹ ਹੈ ਵੀ ਇਹਨਾਂ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਜਿਹੜੇ ਨੇ ਉਹ ਹਿੱਲ ਚੁੱਕੇ ਨੇਗੇ ਜੀ। ਉਹ ਮਣਕਿਆਂ ਨੂੰ ਹੁਣ ਚਾਹੇ ਉਹ ਬੈਲਟ ਲਾ ਕੇ ਖੜੀ ਕਰ ਲੈਣ, ਚਾਹੇ ਪਲਸਤਰ ਲਾ ਲੈਣ, ਚਾਹੇ ਕੁਛ ਹੋਰ ਡਾਕਟਰ ਤੋਂ ਇਲਾਜ ਕਰਾ ਲੈਣ, ਉਹ ਟੈਂਪਰੇਰੀ ਰਿਲੀਫ ਹੋਊਗੀ, ਟੈਂਪਰੇਰੀ ਇਲਾਜ ਹੋਜੂ, ਥੋੜ੍ਹਾ ਬਹੁਤਾ ਯੂਥ ਇੱਧਰ ਆ ਗਿਆ ਉੱਧਰ ਆ ਗਿਆ। ਅਦਰਵਾਈਜ਼ ਇਹਨਾਂ ਦੇ ਮਣਕੇ ਰੀੜ੍ਹ ਦੀ ਹੱਡੀ ਦੇ ਪੂਰੀ ਤਰ੍ਹਾਂ ਹਿੱਲ ਚੁੱਕੇ ਨੇ। ਯੂਥ ਜਿਹੜਾ ਉਹ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਹੈ, ਸਾਰੀਆਂ ਪਾਰਟੀਆਂ ਤੋਂ ਟੁੱਟ ਚੁੱਕਿਆ ਹੈਗਾ। ਯੂਥ ਫਲੋਟਿੰਗ 'ਚ ਹੈ ਜੀ। ਹਾਂ, ਜਿਹੜਾ ਸਿਚੁਏਸ਼ਨ ਜਿਹੜੀ ਇਸ ਵੇਲੇ ਪੰਜਾਬ ਦੀ ਦਿਸ ਰਹੀ ਹੈਗੀ, ਯੂਥ ਜਿਹੜਾ ਪੰਜਾਬ ਦਾ ਉਹ ਨਿਰਾਸ਼ਾ ਦੇ ਘੋਰ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਲੰਘ ਰਿਹਾ ਹੈ। ਤੁਹਾਨੂੰ ਲੱਗਦਾ ਕਿ ਅਜਿਹੀ ਸਥਿਤੀ ਜਦੋਂ ਯੂਥ ਨਿਰਾਸ਼, ਜਿਹੜੇ ਤੁਸੀਂ 18 ਤੋਂ 35 ਸਾਲਾਂ ਲਈ ਗਈ ਕਿ 50% ਸਾਡਾ ਵੋਟ ਬੈਂਕ ਉਹ ਵਾ, ਅਤੇ ਜਿਹੜੀ ਸਥਿਤੀ ਆ ਉਹਨੂੰ ਯੂਥ ਨੂੰ ਫਿਊਚਰ ਦਿਖਦਾ ਕਿ ਸਾਡਾ ਪੰਜਾਬ 'ਚ ਫਿਊਚਰ ਹੈ ਕਿ ਨਹੀਂ ਹੈ, ਉਹ ਕਿਸੇ ਨੂੰ ਵੀ ਸਬਕ ਸਿਖਾ ਸਕਦੇ ਨੇ। ਅਤੇ ਅਜਿਹੀ ਸਥਿਤੀ ਦੇ ਵਿੱਚ ਜਿਹੜੀਆਂ ਆਪਾਂ ਸੀਟਾਂ ਦੀ ਚਰਚਾ ਕੀਤੀ ਆ, ਉੱਥੇ ਜਿੱਤ ਵੀ ਸਕਦੇ ਨੇ ਜਾਂ ਜਿਹੜੇ ਜਿੱਤਣ ਵਾਲੇ ਨੇ ਉਹਨਾਂ ਨੂੰ ਹਰਾ ਵੀ ਸਕਦੇ? ਦੇਖੋ, ਹਾਲਾਤ ਕੁਛ ਵੀ ਬਣ ਸਕਦੇ ਨੇ। ਜਿਵੇਂ ਜਿਹੜੀਆਂ ਖਡੂਰ ਸਾਹਿਬ ਤੋਂ ਰਿਪੋਰਟਾਂ ਆ ਰਹੀਆਂ ਨੇ ਉਹਦੇ 'ਚ ਇਹੀ ਆ ਰਿਹਾ ਵੀ ਅੰਮ੍ਰਿਤਪਾਲ ਸਿੰਘ ਦਾ ਹੱਥ ਉੱਪਰ ਹੈ ਅਤੇ ਉਹ ਜਿੱਤਣ ਦੀ ਪੂਰੀ ਤਰ੍ਹਾਂ ਨਾਲ ਸਮਰੱਥਾ 'ਚ ਹੈ। ਫਰੀਦਕੋਟ ਦੇ ਵਿੱਚ ਹੁਣ ਤੱਕ ਜਿਹੜਾ ਹੈ ਸਿਚੁਏਸ਼ਨ ਇਹ ਆ ਰਹੀ ਸੀ ਵੀ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੈ, ਪਰ ਉੱਥੇ ਹੁਣ ਫਲਿਊਡ ਸਿਚੁਏਸ਼ਨ ਜਿਹੜੀ ਹੈ ਉਹ ਇਮਰਜ ਹੋ ਗਈ ਵੀ ਪਤਾ ਹੀ ਨਹੀਂ ਲੱਗ ਰਿਹਾ ਉੱਥੇ ਕੀ ਹੋਣਾ। ਭੰਬਲ ਭੂਸੇ ਵਾਲੀ ਸਿਚੁਏਸ਼ਨ ਜਿਹੜੀ ਹੈ ਉੱਥੇ ਪੈਦਾ ਹੋ ਗਈ, ਇੱਕ ਟ੍ਰੈਂਗੂਲਰ ਫਾਈਟ ਟਾਈਪ ਜਿਹੜਾ ਮਾਹੌਲ ਉੱਥੇ ਬਣਦਾ ਜਾਂਦਾ ਵੀ ਕੌਣ ਜਿੱਤੂ ਕੋਈ ਦਾਅਵੇ ਨਾਲ ਕਹਿ ਹੀ ਨਹੀਂ ਸਕਦਾ ਜੀ। ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਸੰਗਰੂਰ ਦੇ ਵਿੱਚ ਬਣਦਾ ਜਾ ਰਿਹਾ, ਸਿਮਰਨਜੀਤ ਮਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿਹੜਾ ਸੁਖਪਾਲ ਖਹਿਰਾ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ। ਤੁਸੀਂ ਇਹ ਦੇਖੋ, 2007 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਧਨੌਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਨੇ ਅਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਜਿਹੜੇ ਬੰਦੇ ਨੂੰ ਸੰਗਰੂਰ ਹਲਕੇ ਦੇ ਲੋਕ ਇਸ ਹੱਦ ਤੱਕ ਰੱਦ ਕਰ ਦਿੰਦੇ ਨੇ, ਉਸ ਤੋਂ ਬਾਅਦ 2.5 ਮਹੀਨਿਆਂ 'ਚ ਬਾਅਦ ਹੀ ਨਵੀਂ ਸਰਕਾਰ ਬਣਦੀ ਹੈ, ਉਹ ਬੰਦਾ ਚੱਕ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪਹੁੰਚਾ ਦਿੰਦਾ ਉਹੀ ਜ਼ਿਲ੍ਹਾ। ਹੁਣ ਫਿਰ ਉਹੀ ਸਿਮਰਨਜੀਤ ਮਾਨ ਜਿਹਨੂੰ ਸੰਗਰੂਰ ਹਲਕੇ ਦੇ ਲੋਕ ਕਈ ਵਾਰੀ ਰੱਦ ਕਰ ਚੁੱਕੇ ਨੇ, ਉਹ ਫਿਰ ਮੁਕਾਬਲੇ ਦੇ ਵਿੱਚ ਹੈ। ਉਹ ਕਿਉਂਕਿ ਉਸ ਵੇਲੇ ਜਿਹੜਾ ਦੋ ਘਟਨਾਵਾਂ ਵੱਡੀਆਂ ਸੀ, ਇੱਕ ਦੀਪ ਸਿੱਧੂ ਦਾ ਜਿਹੜਾ ਇੱਕ ਤਰ੍ਹਾਂ ਨਾਲ ਮੌਤ ਅਤੇ ਦੂਜਾ ਸਿੱਧੂ ਮੂਸੇਵਾਲੇ ਦਾ ਮਰਡਰ, ਇਹ ਘਟਨਾਵਾਂ ਜਿਹੜੀਆਂ ਨੇ ਜਿਹਨੇ ਯੂਥ ਨੂੰ ਜਿਹੜਾ ਹੈ ਉਹ ਸਥਾਪਤੀ ਨਾਲ ਜਿਹੜਾ ਉਹ ਨਾਰਾਜ਼ ਕੀਤਾ। ਉਹ ਨਾਰਾਜ਼ਗੀ ਵਾਲੀ ਵੋਟ ਜਿਹੜੀ ਆ ਉਹ ਸਿਮਰਨਜੀਤ ਮਾਨ ਨੂੰ ਪੋਲ ਹੋਈ,
ਤਾਂ ਉਹ ਨਾਰਾਜ਼ਗੀ ਇੱਥੋਂ ਇਹ ਲੱਗਦਾ ਵੀ ਹਜੇ ਵੀ ਨਾਰਾਜ਼ਗੀ ਜਿਹੜੀ ਹੈ ਕਿਸੇ ਨਾ ਕਿਸੇ ਹੱਦ ਤੱਕ ਉਹ ਬਰਕਰਾਰ ਹੈ। ਨਾਰਾਜ਼ਗੀ ਨੂੰ ਜਿਹੜਾ ਉਹ ਸਿਮਰਨਜੀਤ ਮਾਨ ਜਾਂ ਹੋਰਾਂ ਨੂੰ ਜਿਹੜਾ ਇਨਕੈਸ਼ ਕਰਨਾ, ਜਿਹੜਾ ਤੁਹਾਨੂੰ ਰਾਜਨੀਤਿਕ ਬੰਦੇ ਨੂੰ ਇਨਕੈਸ਼ ਕਰਨਾ ਆਉਂਦੇ ਹੁੰਦੇ। ਜਿਵੇਂ ਤੁਸੀਂ ਇਹ ਦੋ ਮਹੱਤਵਪੂਰਨ ਹੈ ਕਿ ਸਾਡਾ ਜਿਹੜਾ ਯੂਥ ਉਹ ਭਟਕ ਰਿਹਾ, ਦੂਜਾ ਨਸ਼ਿਆਂ ਦੀ ਬਿਮਾਰੀ, ਤੀਜਾ ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨ ਜਾਂ ਇਨਵੈਸਟਮੈਂਟ ਦੀ ਗੱਲ ਕੀਤੀ ਜਾ ਰਹੀ, ਜਿਸ 'ਤੇ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਦੇਸ਼ ਦੇ ਗ੍ਰਹਿ ਮੰਤਰੀ ਆ ਕੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਜ਼ਿਆਦਾਤਰ ਨਹੀਂ ਚੱਲਦੀ ਹੈਗੀ, ਕਿ ਦੂਜਾ ਇਹ ਭ੍ਰਿਸ਼ਟਾਚਾਰ ਦਾ ATM ਬਣ ਚੁੱਕਾ ਕਿਹਦੇ ਵਾਸਤੇ, ਅਰਵਿੰਦ ਕੇਜਰੀਵਾਲ ਵਾਸਤੇ, ਹਾਲਾਂਕਿ ਸਰਕਾਰ ਨੇ ਉਸ 'ਤੇ ਉੱਦਾਂ ਮੋੜਵਾਂ ਜਵਾਬ ਦਿੱਤਾ ਹੈਗਾ। ਜਿਹੜੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਹ ਕਹਿ ਦੇਣਾ ਕਿ ਪੰਜਾਬ ਸਰਕਾਰ ਬਹੁਤੇ ਚਿਰ ਦੀ ਨਹੀਂ ਟਿਕਦੀ, ਕੁਝ ਦਿਨਾਂ ਦੀ ਪ੍ਰਾਹੁਣੀ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਮੈਨੂੰ ਤਾਂ ਇਹ ਲੱਗਦਾ ਹੈਗਾ ਵੀ ਜਿਵੇਂ ਤੁਸੀਂ ਦੇਖਿਆ ਹੋ ਜਿਹੜਾ ਦਿੱਲੀ ਦਾ ਸ਼ਰਾਬ ਘੁਟਾਲਾ ਹੈ, ਉਹਦੇ ਵਿੱਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਿਹੜਾ ED ਵੱਲੋਂ ਲਗਾਤਾਰ ਜਿਹੜੇ ਜਿੰਨੇ ਉਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿੱਚ ਲਾਏ ਜਾ ਰਹੇ ਨੇ ਜਾਂ ਉਹਦੇ 'ਚ ਚਲਾਣ ਪੇਸ਼ ਕੀਤਾ ਜਾ ਰਿਹਾ, ਉਹਦੇ 'ਚ ਲੇਟੈਸਟ ਇਹੀ ਆਇਆ ਸੀ ਵੀ ਆਮ ਆਦਮੀ ਪਾਰਟੀ ਨੂੰ ਉਸ ਕੇਸ ਦੇ ਵਿੱਚ ਧਿਰ ਬਣਾ ਲਿਆ। ਧਿਰ ਬਣਾਉਣ ਤੋਂ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਹ ਅੰਦਾਜ਼ਾ ਲਾ ਰਹੇ ਨੇ ਵੀ ਉਹਦਾ ਇਹ ਨੁਕਸਾਨ ਹੋ ਸਕਦਾ ਵੀ ਹੋ ਸਕਦਾ ਗੌਰਮੈਂਟ ਆਫ ਇੰਡੀਆ ਜਾਂ ਕੋਰਟ ਜਾਂ ED ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖਦੇ ਵੀ ਇਸ ਪਾਰਟੀ ਨੂੰ ਡੀਰੀਕੋਗਨਾਈਜ਼ ਕੀਤਾ ਜਾਵੇ। ਜੇ ਪਾਰਟੀ ਦੀ ਕਿਸੇ ਦੀ ਮਾਨਤਾ ਖਤਮ ਹੁੰਦੀ ਹੈ, ਸਪੋਜ਼ ਚੋਣ ਕਮਿਸ਼ਨ ਕਿਸੇ ਪਾਰਟੀ ਦੀ, ਚਾਹੇ ਅੱਜ ਆਪ ਹੈ ਚਾਹੇ ਕਾਂਗਰਸ ਹੈ ਚਾਹੇ BJP ਹੈ, ਕਿਸੇ ਦੀ ਮਾਨਤਾ ਖਤਮ ਕਰਦਾ ਤਾਂ ਉਹਦੇ MLA MP ਜਿਹੜੇ ਹੈ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਹੋ ਗਏ। ਇਹਦੇ ਤੁਸੀਂ ਹੁਣ ਜੋ ਮਰਜ਼ੀ ਅੰਦਾਜ਼ੇ ਜਿਹੜੇ ਆ ਲਾ ਲਓ ਵੀ ਇੰਡੀਪੈਂਡੈਂਟ ਹੋ ਗਈ ਤਾਂ ਐਂਟੀ ਡਿਫੈਕਸ਼ਨ ਲਾ ਲੱਗਦਾ ਨਹੀਂ, ਇਹਦਾ ਮਤਲਬ ਸਰਕਾਰ ਟੁੱਟੂ ਜਾਂ ਤੋੜ ਦਿੱਤੀ ਜਾਊ ਜਾਂ ਜੋ ਵੀ ਹੈ ਜਿਵੇਂ ਮਰਜ਼ੀ, ਜਿਵੇਂ ਕੇਜਰੀਵਾਲ ਕਹਿ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਡਰਾਓ ਨਾ, ਤਾਂ ਉਹ ਅੰਦਾਜ਼ਾ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਉਹ ED ਨੇ ਹਲ ਜਿਹੜਾ ਇੱਕ ਤਰ੍ਹਾਂ ਨਾਲ ਦੋਸ਼ ਲਾਏ ਨੇਗੇ ਅਦਾਲਤ ਦੇ ਵਿੱਚ, ਉਹਨੂੰ ਇੰਟਰਪ੍ਰੇਟ ਜਿਹੜਾ ਉਹ ਕਰ ਰਹੇ ਨੇ ਆਪਦੇ ਢੰਗ ਨਾਲ ਜਿਹੜੇ ਯੂਨੀਅਨ ਹੋਮ ਮਿਨਿਸਟਰ। ਮਤਲਬ ਜੇ ਮਾਨਤਾ ਰੱਦ ਹੋ ਜਾਂਦੀ ਹੈ ਤਾਂ ਫਿਰ ਸਾਰੇ ਆਜ਼ਾਦ ਹੋ ਜਾਣਗੇ, ਅਤੇ ਆਜ਼ਾਦਾਂ ਨੂੰ ਐਂਟੀ ਡਿਫੈਕਸ਼ਨ ਲਾਉਣ ਦਾ। ਪਰ ਇੱਕ ਉਹ ਪਿੱਛੇ ਜਿਹੀ ਵੀ ਖਬਰ ਆਈ ਸੀ ਕਿ ਬਾਹਰੋਂ ਕੁਝ ਅਜਿਹੀਆਂ ਭਾਰਤ ਸਰਕਾਰ ਵੱਲੋਂ ਬੈਂਡ ਔਰਗੇਨਾਈਜੇਸ਼ਨ ਨੇ ਇਸ ਪਾਰਟੀ ਨੂੰ ਪੈਸੇ ਵੀ ਦਿੱਤੇ ਹੈਗੇ, ਉਹ ਵੀ ਇੱਕ ਅਸਰ ਹੋ ਸਕਦਾ ਕਿ ਜੇ ਉਹ ਵਾਲੀ ਅਸਟੈਬਲਿਸ਼ ਹੋ ਜੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਹੋਣੀ ਪੱਕੀ ਹੈਗੀ ਹੈ, ਅਤੇ ਇਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਕੋਲ ਉਹਨਾਂ ਦੇ ਅੰਡਰ ਆ, ਅਤੇ ਉਸ ਕਰਕੇ ਉਹਨਾਂ ਨੇ ਭਵਿੱਖ ਦਾ ਅੰਦਾਜ਼ਾ ਅੱਜ ਹੀ ਪੰਜਾਬ ਦੇ ਲੋਕਾਂ ਨੂੰ ਸੁਣਾ ਤਾ। ਮੈਨੂੰ ਲੱਗਦਾ ਵੀ ਜਿਹੜੇ 4 ਜੂਨ ਨੂੰ ਰਿਜ਼ਲਟ ਆਉਣੇ ਨਾ ਜੀ, ਆਮ ਆਦਮੀ ਪਾਰਟੀ ਦਾ ਫਿਊਚਰ ਜਿਹੜਾ ਹੈ ਉਹਦੇ 'ਤੇ ਬਹੁਤ ਡਿਪੈਂਡ ਕਰੂਗਾ ਜੀ। ਲੋਕ ਅਕਸਰ ਇਹੀ ਕਹਿੰਦੇ ਨੇ, ਸਿਆਸੀ ਵਿਸ਼ਲੇਸ਼ਕ ਜਿਹੜੇ ਆ, ਵੀ ਜੇ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋ ਕੇ ਨਿਕਲਦੀ ਹੈ ਜਿਵੇਂ 2019 ਅਤੇ 2014 'ਚ ਨਿਕਲੀ ਸੀ, ਤਾਂ ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀਆਂ ਲਈ ਉਹ ਸ਼ੁਭ ਸੰਕੇਤ ਨਹੀਂ ਹੋਊਗਾ। ਮਾੜੇ ਦਿਨ ਵੀ ਸ਼ੁਰੂ ਹੋ ਸਕਦੇ ਹੈ, ਜਿਵੇਂ ਉਹਨਾਂ ਨੇ ਨਾਰਾ ਦਿੱਤਾ ਸੀ ਅੱਛੇ ਦਿਨਾਂ ਦਾ, ਅਤੇ ਇਹਨਾਂ ਦੇ ਮਾੜੇ ਦਿਨ ਵੀ ਸ਼ੁਰੂ ਹੋ ਸਕਦੇ ਨੇ ਜੇ ਉਹ ਹੁਣ ਡਿਪੈਂਡ ਕਰੂਗਾ 4 ਜੂਨ ਨੂੰ ਰਿਜ਼ਲਟ ਕਿਹੋ ਜਿਹਾ ਹੁੰਦਾ। ਇੱਕ ਹੋਰ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਇਹ ਗੱਲ ਦੇਸ਼ ਦੇ ਗ੍ਰਹਿ ਮੰਤਰੀ ਆ ਕੇ ਲੁਧਿਆਣੇ ਕਹਿੰਦੇ ਨੇ ਵੀ ਜੇ BJP ਦਾ ਪਿਛੋਕੜ ਜਾਂ ਸੈਂਟਰ ਸਰਕਾਰ ਦਾ ਪਿਛੋਕੜ ਦੇਖ ਲਈਏ, ਉਹਨਾਂ ਨੇ ਗੋਆ ਵੀ ਸਰਕਾਰ ਤੋੜੀ, ਉਹਨਾਂ ਨੇ ਮੱਧ ਪ੍ਰਦੇਸ਼ ਸਰਕਾਰ ਤੋੜੀ, ਉਹਨਾਂ ਰਾਤੋ ਰਾਤ ਮਹਾਰਾਸ਼ਟਰ ਸਰਕਾਰ ਵੀ ਤੋੜਤੀ ਹੈ, ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਰੇਸ਼ਨ ਲੋਟਸ ਵੀ ਚਲਾਇਆ ਸੀ, ਉਹ ਲੱਗਦਾ ਕਿ BJP ਜੇ ਰਿਪੀਟ ਕਰ ਗਈ 4 ਜੂਨ ਦੀ, ਉਹ ਕਹਿ ਕੇ ਬੜੀਆਂ ਪਾਰਟੀਆਂ ਦਾ ਫਿਊਚਰ ਤੈਅ ਹੋਣਾ, ਕੁਝ ਵੀ ਸਥਿਤੀ ਹੋ ਸਕਦੀ ਫਿਰ ਤਾਂ ਪੰਜਾਬ 'ਚ ਸਰਕਾਰ ਜੇ ਆਜ਼ਾਦ MLA ਖਰੀਦਣੇ ਜਾਂ ਪਾਰਟੀ ਦੇ MLA ਖਰੀਦਣੇ, ਕੋਈ ਵੱਡੀ ਗੱਲ ਨਹੀਂ ਸਰਕਾਰ ਤੋੜਨੀ ਹੋਵੇ ਤਾਂ। ਨਹੀਂ ਦੇਖੋ, ਐਂ ਤਾਂ ਹੁਣ ਕਈ ਬੰਦਿਆਂ ਨੇ ਤਾਂ ਬੜੀਆਂ ਖਬਰਾਂ ਅੱਜ ਤੱਕ 30-35 ਵਾਰੀ ਚਲਾ ਦਿੱਤੀਆਂ ਵੀ ਲੱਗ ਗਿਆ ਰਾਸ਼ਟਰਪਤੀ ਰਾਜ, ਲੱਗੂਗਾ ਰਾਸ਼ਟਰਪਤੀ ਰਾਜ, ਉਹ ਅਲੱਗ ਗੱਲ ਹੈ। ਪਰ ਮੈਨੂੰ ਲੱਗਦਾ ਵੀ ਗੌਰਮੈਂਟ ਆਫ ਇੰਡੀਆ ਇਹ ਰਿਸਕ ਜਿਹੜੀ ਹੈ, ਇੱਕ ਜਿੱਥੇ ਸਿੱਖ ਮਿਨੋਰਟੀ ਡੋਮੀਨੇਟ ਕਰਦੀ ਹੈ ਕਲਾਸ, ਉੱਥੇ ਰਿਸਕ ਨਹੀਂ ਲਊਗੀ ਸਰਕਾਰ ਤੋੜਨ ਦਾ। ਪੰਜਾਬ ਦਾ ਦੂਜੀਆਂ ਸਟੇਟਾਂ ਨਾਲੋਂ ਫਰਕ ਹੈਗਾ, ਇਸ ਲਈ ਇਸ ਫਰਕ ਦੇ ਮੱਦੇਨਜ਼ਰ ਮੈਨੂੰ ਲੱਗਦਾ ਵੀ ਜੇ ਉਹਨਾਂ ਨੇ ਸਰਕਾਰ ਤੋੜਨੀ ਹੋਈ ਤਾਂ ਇਹਨਾਂ ਤੋਂ ਹੀ ਤੋੜਾਉਣਗੇ, ਉਹ ਖੁਦ ਨਹੀਂ
ਕੁਛ ਪੰਗਾ ਲੈਣਗੇ। ਖੁਦ ਜਿਹੜਾ ਜਿਸ ਤਰ੍ਹਾਂ ਦਾ ਹਾਲਾਤ ਓਪਨਲੀ ਜਿਹੜਾ ਇੱਕ ਤਰ੍ਹਾਂ ਨਾਲ ਖਰੀਦੋ ਫਰੋਖਤ ਜਿਹੜੀ ਹੌਰਸ ਟ੍ਰੇਡਿੰਗ ਜਿਹੜੀ ਕੀਤੀ ਮਹਾਰਾਸ਼ਟਰ ਹੋਵੇ ਚਾਹੇ ਕਰਨਾਟਕਾ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਚਾਹੇ ਗੋਆ ਹੋਵੇ ਜਾਂ ਕੋਈ ਹੋਰ ਸਟੇਟ ਹੋਵੇ, ਜਿਹੜਾ ਅਸੀਂ ਕਹਿੰਦੇ ਲੋਕਤੰਤਰ ਦੇ ਨੰਗੇ ਘਾਣ ਦਾ ਨੰਗਾ ਨਾਚ ਉਹਨਾਂ ਸਟੇਟਾਂ ਦੇ ਵਿੱਚ ਨੱਚਿਆ ਗਿਆ। ਪੰਜਾਬ ਦੇ ਵਿੱਚ ਸੰਭਾਵਨਾ ਘੱਟ ਹੈ, ਬਾਕੀ ਰਾਜਨੀਤੀ 'ਚ ਹੋ ਤਾਂ ਕੁਛ ਵੀ ਸਕਦਾ, ਸੰਭਾਵਨਾ ਮੈਨੂੰ ਘੱਟ ਨਜ਼ਰ ਆਉਂਦੀ। ਅੱਛਾ, ਇੱਕ ਹੋਰ ਟੋਪ ਅਪ ਕਰ ਦਈਏ ਕਿ ਕੋਈ 7ਵੇਂ ਗੇੜ ਦੇ ਵਿੱਚ ਪੰਜਾਬ ਆ ਚੁੱਕਾ ਔਰ ਪੰਜਾਬ ਦੇ ਵਿੱਚ ਲੀਡਰ ਦੇਸ਼ ਦਾ ਗ੍ਰਹਿ ਮੰਤਰੀ ਦੇਸ਼ ਦਾ ਡਿਫੈਂਸ ਮਿਨਿਸਟਰ ਦੇਸ਼ ਦਾ ਪ੍ਰਾਈਮ ਮਿਨਿਸਟਰ ਦੀਆਂ 3 ਰੈਲੀਆਂ ਫਿਰ ਹੁਸ਼ਿਆਰਪੁਰ ਆ ਕੇ ਕਰਨੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਲਕਰਜੇ ਖੜਗੇ, ਵੱਡੇ ਵੱਡੇ ਜਿਹੜੇ ਲੀਡਰ ਉਹ ਆ ਰਹੇ ਨੇ, ਕੇਜਰੀਵਾਲ ਸਾਹਿਬ ਵੀ ਆ ਰਹੇ ਨੇ, ਕੀ ਇਹ ਦਿੱਲੀ ਨੈਸ਼ਨਲ ਧਿਆਨ ਵਿੱਚ ਰੱਖ ਕੇ ਗੱਲਾਂ ਕਰੇ ਜਾਂ ਪੰਜਾਬ ਨੂੰ ਕੀ ਚੁਣੌਤੀਆਂ ਨੇ? ਪੰਜਾਬ ਦੀ ਹੁਣ ਤੱਕ ਸੈਂਟਰ ਨੇ ਬਾਂਹ ਨਹੀਂ ਫੜੀ ਹੈਗੀ, ਪੰਜਾਬ ਦਾ ਭਵਿੱਖ ਕੀ ਆ, ਪੰਜਾਬ 'ਚ ਆਰਥਿਕ ਤੌਰ 'ਤੇ ਪੰਜਾਬ ਕਿਵੇਂ ਕਿੱਥੇ ਪਹੁੰਚ ਚੁੱਕਾ, ਉਹ ਵੀ ਕੋਈ ਗੱਲ ਕਰ ਰਹੇ ਨੇ। ਜਿਹੜੇ ਗੇੜੇ ਲੱਗ ਰਹੇ ਨੇ ਜਾਂ ਜਿਹੜਾ ਡੇਰੇ ਲੱਗ ਚੁੱਕੇ ਨੇ ਪੰਜਾਬ 'ਚ, ਉਹਨੂੰ ਤੁਸੀਂ ਕਿਵੇਂ ਵਾਚਦੇ ਹੋ? ਦੇਖੋ ਜੀ, ਬੜੀ ਵੱਡੀ ਟ੍ਰੈਜਡੀ ਹੈ, ਅਸੀਂ ਇਹ ਕਹਾਂਗੇ ਵੀ ਚਾਹੇ ਉਹ ਮੁਲਕ ਦੇ ਸਾਡੇ ਪ੍ਰਧਾਨ ਮੰਤਰੀ ਹੋਣ ਨਰਿੰਦਰ ਮੋਦੀ, ਚਾਹੇ ਗ੍ਰਹਿ ਮੰਤਰੀ ਹੋਣ, ਉਹ ਕੋਈ ਵੀ ਆਪਣਾ ਇਸ ਤਰ੍ਹਾਂ ਦਾ ਰਿਪੋਰਟ ਕਾਰਡ ਨਹੀਂ ਦੇ ਰਿਹਾ ਵੀ ਅਸੀਂ ਪੰਜਾਬ ਲਈ 10 ਸਾਲ BJP ਨੇ ਰਾਜ ਕੀਤਾ ਨਾ, ਵੀ 10 ਸਾਲਾਂ 'ਚ ਅਸੀਂ ਪੰਜਾਬ ਨੂੰ ਕੀ ਦਿੱਤਾ, ਪੰਜਾਬ ਕਰਜ਼ਈ ਜਿਹੜਾ ਹੈ ਉਹ ਉਨਾ ਹੀ ਹੋਇਆ ਵਾ, ਬਲਕਿ ਕਰਜ਼ਾ ਕਿੰਨਾ ਵੱਧ ਗਿਆ ਆਪਾਂ ਨੂੰ ਪਤਾ। ਪੰਜਾਬ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਜਿਹੜਾ ਗੌਰਮੈਂਟ ਆਫ ਇੰਡੀਆ ਕਲੇਮ ਨਹੀਂ ਕਰ ਸਕਦੀ ਵੀ ਅਸੀਂ ਕੋਈ ਪੰਜਾਬ ਨੂੰ ਵਿਕਾਸ ਦੀਆਂ ਲਹਿਰਾਂ 'ਤੇ ਲਿਆਉਣ ਲਈ ਕੋਈ ਵੱਡਾ ਪ੍ਰੋਜੈਕਟ ਦਿੱਤਾ ਜਾਂ ਬਹੁਤ ਵੱਡੀ ਕੋਈ ਗ੍ਰਾਂਟ ਦਿੱਤੀ ਹੋਵੇ ਜਾਂ ਬਹੁਤ ਵੱਡਾ ਕੋਈ ਪੈਕੇਜ ਦਿੱਤਾ ਹੋਵੇ। ਬਾਰਡਰ ਸਟੇਟ ਹੈ, ਬਾਰਡਰ ਸਟੇਟ ਦੇ ਮੱਦੇਨਜ਼ਰ ਉਸ ਤਰ੍ਹਾਂ ਦਾ ਕੁਛ ਕੀਤਾ ਹੋਵੇ, ਕੁਛ ਨਹੀਂ। ਤੁਮਤਵਾਜੀ, ਅਸੀਂ ਕਹਿ ਲਈਏ ਵੀ ਇੱਕ ਦੂਜੇ ਨੂੰ ਗਾਲਾਂ ਕੱਢਣਾ, ਕਿਰਦਾਰ ਖੁਸ਼ੀ ਕਰਨਾ, ਇਹੀ ਜਿਹੜਾ ਉਹ ਸਭ ਦੇ ਹਿੱਸੇ ਜਿਹੜਾ ਇੱਕ ਤਰ੍ਹਾਂ ਨਾਲ ਆਉਂਦਾ ਹੈਗਾ। ਇਹ ਬੜੀ ਵੱਡੀ ਟ੍ਰੈਜਡੀ, ਅਸੀਂ ਕਹਾਂਗੇ ਵੀ ਪੰਜਾਬ ਦੇ ਜਿਹੜੇ ਰੀਅਲ ਮੁੱਦੇ ਨੇ, ਨਾ ਪੰਜਾਬ ਦੀ ਆਰਥਿਕਤਾ ਦੀ ਗੱਲ ਹੁੰਦੀ ਹੈ, ਨਾ ਪੰਜਾਬ ਦੇ ਯੂਥ ਦੀ ਗੱਲ ਹੁੰਦੀ ਹੈ, ਨਾ ਪੰਜਾਬ ਦੇ ਜਿਹੜੇ ਡਰੱਗ ਦੇ ਇਸ਼ੂ ਦੀ ਗੱਲ ਹੁੰਦੀ ਹੈ, ਤਾਂ ਸਿਰਫ ਸਟੇਜੀ ਗੱਲਾਂ ਹੁੰਦੀਆਂ ਨੇ। ਇੱਕ ਅਸੀਂ ਇਹ ਕਹਿ ਦਈਏ ਵੀ ਰੋਡ ਮੈਪ ਜਿਹੜਾ ਪੰਜਾਬ ਨੂੰ, ਅਸੀਂ ਇਹ ਕਹਿ ਦਈਏ ਵੀ ਨਸ਼ੇ ਵਿਕਦੇ ਨੇ ਜਾਂ ਹੋਰ ਵਿਕਦੇ ਨੇ, ਇੱਕ ਸਟੇਟਮੈਂਟ ਜ਼ਰੂਰ ਆਉਂਦੀ ਹੈ, ਉਹਦੇ ਲਈ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕੀ ਕੀਤਾ ਉਹ ਵੀ ਤਾਂ ਦੱਸ ਦਿਓ ਨਾ। ਭਾਰਤੀ ਜਨਤਾ ਪਾਰਟੀ ਵੀ ਤਾਂ ਅਕਾਲੀਆਂ ਨਾਲ ਰਲ ਕੇ ਇੱਥੇ 10 ਸਾਲ ਸੱਤਾ 'ਚ ਰਹੀ ਹੈ, ਉਸ ਤੋਂ ਬਾਅਦ ਕਾਂਗਰਸ 5 ਸਾਲ ਰਹੀ ਹੈ, ਹੁਣ ਭਾਰਤੀ ਜਨਤਾ ਪਾਰਟੀ ਨੂੰ ਸੈਂਟਰ 'ਚ ਜਿਹੜੇ ਹੈ ਉਹ 10 ਸਾਲ ਹੋ ਗਏ, ਅਤੇ ਉਹਨਾਂ ਨੇ ਕੀ ਕੀਤਾ ਸਾਨੂੰ ਉਹ ਤਾਂ ਦੱਸ ਦੇਣ। ਉਹੋ ਜਿਹਾ ਕੁਛ ਨਹੀਂ ਦੱਸਦੇ, ਸਿਰਫ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਕਰਨਾ। ਇਹਦਾ ਮਤਲਬ ਇਹ ਹੈ ਵੀ ਸਿਰਫ ਅਤੇ ਸਿਰਫ ਲੋਕਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਹਿਕਾ ਕੇ, ਜਿਵੇਂ ਉਹ ਕਹਿੰਦੇ ਨੇ ਵੀ ਲੋਕਾਂ ਨੂੰ ਨਾ ਬਤਾਉਣਾ ਹੁੰਦਾ ਹੈ ਨਾ ਜਿਤਾਉਣਾ ਹੁੰਦਾ ਹੈ, ਸਿਰਫ ਬਹਿਕਾਉਣਾ ਹੁੰਦਾ ਹੈ। ਵੀ ਇਲੈਕਸ਼ਨ ਦਾ ਜਿਹੜਾ ਲਾਸਟ ਗੇੜ ਆ ਗਿਆ, ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਜਜ਼ਬਾਤ ਭੜਕਾ ਕੇ ਕਿਵੇਂ ਵੋਟ ਜਿਹੜੀ ਆ ਉਹ ਲਈ ਜਾ ਸਕਦੀ ਹੈ, ਇੱਕ ਉਸ ਤਰ੍ਹਾਂ ਦਾ ਹੱਥ ਕੰਡਾ ਜਿਹੜਾ ਉਹ ਚਾਹੇ ਕਾਂਗਰਸ ਦੇ ਲੀਡਰ ਹੋਣ ਚਾਹੇ ਆਮ ਆਦਮੀ ਪਾਰਟੀ ਆਪਦੀ 2 ਸਾਲ ਦੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖੇ। ਇਸ ਲਈ ਜਿਹੜੀ ਹੈ ਮਾਰਕੇਬਾਜ਼ੀ ਵਾਲੀ ਸਿਆਸਤ ਤੋਂ ਉੱਪਰ ਉੱਠ ਕੇ ਲੱਗਦਾ ਹੈ ਵੀ ਪੰਜਾਬ ਦੇ ਅਸਲੀ ਮੁੱਦਿਆਂ ਦੀ ਗੱਲ ਕਰਕੇ। ਹੁਣ ਤੁਸੀਂ ਇਹ ਦੇਖੋ ਵੀ MP ਤਾਂ ਹਰ 5 ਸਾਲਾਂ ਬਾਅਦ ਪੰਜਾਬ 'ਚੋਂ ਚੁਣੇ ਜਾਂਦੇ ਨੇ, ਉਹਨੇ 5 ਸਾਲ ਲਈ ਗਰਾਂਟਾਂ ਵੰਡਣ ਤੋਂ ਬਿਨਾਂ ਕੁਛ ਹੋਰ ਵੀ ਕੀਤਾ ਹੈ ਜਾਂ ਗਰਾਂਟਾਂ ਸਹੀ ਢੰਗ ਨਾਲ ਵੰਡੀਆਂ, ਗਰਾਂਟ 'ਚੋਂ ਹਿੱਸਾ ਖਾਧਾ ਹੈ ਨਹੀਂ ਖਾਧਾ ਕੀ ਹੈ, ਉਹ ਆਪਦਾ ਰਿਪੋਰਟ ਕਾਰਡ ਦੇਵੇ ਨਾ ਉੱਥੇ ਕੀ ਕੀਤਾ ਹੈਗਾ। ਕਈ ਤਾਂ ਗੂੰਗੇ ਭਲਵਾਨ ਹੁੰਦੇ ਨੇ ਉੱਥੇ, ਵਾਸੀ ਤੱਕ ਨਹੀਂ ਲੈਂਦੇ ਪਾਰਲੀਮੈਂਟ ਦੇ ਵਿੱਚ, 5 ਸਾਲ ਬਹਿ ਕੇ ਆਪਦੀ ਐਸ਼ ਕਰਕੇ ਵਾਪਸ ਆ ਕੇ ਆ ਜਾਂਦੇ ਨੇ। ਇੱਥੇ ਜਿੰਨੇ ਵੀ ਮਤਲਬ ਪੰਜਾਬ 'ਚੋਂ ਚੁਣੇ ਜਾਂਦੇ ਨੇ, ਪੰਜਾਬ ਦੇ ਜੇ ਅੱਜ ਅਸੀਂ ਇਹ ਕੋਈ ਤੇਰੇ ਇਹ ਡਿਮਾਂਡ ਕਰਦੀ ਆ ਵੀ 13 ਦੇ 13 ਸਾਡੇ ਜਿਤਾਓ, ਉੱਥੇ ਆਵਾਜ਼ ਵੰਡਣਗੇ ਪੰਜਾਬ ਦੀ। ਇਦੋਂ ਪਹਿਲਾਂ ਵਾਲੇ ਆਵਾਜ਼ ਕਿਉਂ ਨਹੀਂ ਬਣੇ ਪੰਜਾਬ ਦੀ? ਉਹਨਾਂ ਵਿੱਚੋਂ ਵੀ ਤਾਂ ਕਈ ਮੈਦਾਨ ਦੇ ਵਿੱਚ ਆਏ ਹੋਏ ਨਾ, ਚੋਣ ਮੈਦਾਨ 'ਚ, ਅਤੇ ਉਹ ਕੀ ਉਹਨਾਂ ਨੂੰ ਉਹਨਾਂ ਦੇ ਮੂੰਹ 'ਚ ਕੀ ਘੁੰਗਣੀਆਂ ਪੈ ਜਾਂਦੀਆਂ ਨੇ ਜਿਹੜੀਆਂ ਉੱਥੇ ਜਾ ਕੇ ਉਹ ਕੀ ਉਹਨਾਂ ਦੀ ਪਾਰਟੀ ਦੀ ਪੋਲਿਸੀ ਹੁੰਦੀ ਹੈ, ਜਿਹੜੇ ਹੁਣ ਕਹਿੰਦੇ ਨੇ ਅਸੀਂ ਵਾਹਗਾ
ਬਾਰਡਰ ਖੋਲ੍ਹ ਦਾਂਗੇ। ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਕਹਿ ਰਿਹਾ ਨਾ ਵਾਹਗਾ ਬਾਰਡਰ ਖੋਲ੍ਹ ਦਾਂਗੇ, ਅਤੇ 10 ਸਾਲਾਂ ਦੇ ਵਿੱਚ ਵਾਹਗਾ ਬਾਰਡਰ ਤਾਂ ਉਹਨੂੰ ਦਿਸਿਆ ਨਹੀਂ। ਉਦੋਂ ਤਾਂ ਭਾਰਤ ਪਾਕਿਸਤਾਨ ਦੀ ਲੜਾਈ ਦਿਸਦੀ ਹੁੰਦੀ ਉਹਨਾਂ ਨੂੰ, ਪਾਕਿਸਤਾਨ ਨਾਲ ਕਿਵੇਂ ਸਿੱਝਣਾ ਉਦੋਂ ਉਹ ਦਿਸਦਾ ਹੁੰਦਾ। ਹੁਣ ਮਿਸਟਰ ਸੰਧੂ ਕਹਿੰਦੇ ਨੇ ਵੀ ਅਸੀਂ ਵਾਹਗਾ ਬਾਰਡਰ ਖੋਲ੍ਹ ਦਾਂਗੇ, ਵਾਹਗਾ ਬਾਰਡਰ 10 ਸਾਲਾਂ 'ਚ ਖਿਲਾ ਲੈਂਦਾ। ਉਹ ਤਾਂ ਪਾਕਿਸਤਾਨ ਆਪਣੇ ਅਮੈਰੀਕਾ ਦੇ ਵਿੱਚ ਐਂਬੈਸਡਰ ਸੀਗੇ, ਉਹਨਾਂ ਦੀ ਭਾਰਤ ਸਰਕਾਰ ਨਾਲ ਸਿੱਧੀ ਗੱਲ ਸੀ, ਉਹਨਾਂ ਨੂੰ ਕੋਈ ਰੋਕਦਾ ਸੀ। ਜਿਵੇਂ ਤੁਸੀਂ ਕਿਹਾ ਕਿ ਤਰਨਜੀਤ ਸੰਧੂ ਕਹਿੰਦੇ ਕਿ ਅਸੀਂ ਬਾਰਡਰ ਖੋਲ੍ਹ ਦਾਂਗੇ, ਦੇਸ਼ ਦੇ ਪ੍ਰਾਈਮ ਮਿਨਿਸਟਰ 3 ਜਗ੍ਹਾ ਰੈਲੀ ਕਰਕੇ ਗਏ ਨੇ, ਹੋਮ ਮਿਨਿਸਟਰ ਨੇ ਵੀ ਰੈਲੀ ਕਰਤੀ, ਡਿਫੈਂਸ ਮਿਨਿਸਟਰ ਰਾਜਨੀਤਿ, ਉਹਨਾਂ 'ਤੇ ਇਹ ਗੱਲ ਕੀਤੀ ਨਹੀਂ ਹੈਗੀ। ਨਹੀਂ, ਇਸ ਇਹਦਾ ਮਤਲਬ ਇਹ ਹੈ ਵੀ ਦੋਗਲਾ ਪਾਣਾ ਨਾ, ਦੋਗਲਾ ਪਾਣਾ ਵੀ ਤੁਸੀਂ ਲੋਕਾਂ ਨੂੰ ਸਿਰਫ ਮੌਕੇ ਦੇ ਮੁਤਾਬਕ ਲੋਕਾਂ ਨੂੰ ਲੱਗਦਾ ਵੀ ਇਹ ਜਜ਼ਬਾਤੀ ਮੁੱਦਾ ਜੀ, ਵਾਹਗਾ ਬਾਰਡਰ ਖੋਲ੍ਹ ਦਾਂਗੇ, ਵੋਟਾਂ ਪਾ ਦਿਓ ਸਾਨੂੰ, ਅਤੇ 10 ਸਾਲਾਂ 'ਚ ਖੋਲ੍ਹਣ ਤੁਹਾਨੂੰ ਕਿਹਨੇ ਰੋਕਿਆ, ਕਿਹਨੇ ਜਿਹਨੇ ਰੋਕਿਆ ਉਹ ਦੱਸੋ। ਤੁਹਾਨੂੰ ਕਾਂਗਰਸ ਨੇ ਰੋਕਿਆ, ਆਮ ਆਦਮੀ ਪਾਰਟੀ ਨੇ ਰੋਕਿਆ, ਅਕਾਲੀਆਂ ਨੇ ਰੋਕਿਆ, ਸਿਮਰਨਜੀਤ ਮਾਨ ਨੇ ਰੋਕਿਆ, ਉਹ ਦੱਸ ਦਿਓ ਵੀ ਇਹਨੇ ਭਾਈ ਰੋਕਿਆ, ਇਸ ਤਾਂ ਖੋਲ੍ਹਣਾ ਚਾਹੁੰਦੇ ਸੀ, ਤੁਹਾਨੂੰ ਕਿਹਨੇ ਰੋਕਿਆ। ਅਤੇ ਇਸ ਲਈ ਇਹ ਜਿਹੜੀਆਂ ਗੱਲਾਂ ਨੇ, ਲੱਗਦਾ ਹੈਗਾ ਵੀ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਪਾਸੇ ਕਰਕੇ ਸਿਰਫ ਅਤੇ ਸਿਰਫ ਕਿਵੇਂ ਇਸ ਮੌਕੇ 'ਤੇ ਲੋਕਾਂ ਨੂੰ ਜਜ਼ਬਾਤ ਭੜਕਾ ਕੇ, ਇਮੋਸ਼ਨਲ ਕਰਕੇ ਲੋਕਾਂ ਨੂੰ ਵੋਟ ਬਟੋਰਨ ਦਾ ਜਿਹੜਾ ਉਹ ਤਰੀਕਾ ਜਿਹੜਾ ਉਹ ਅਪਣਾਇਆ ਜਾ ਰਿਹਾ, ਕੋਈ ਅਸਲੀ ਮੁੱਦਿਆਂ ਦੀ ਜਿਹੜੀ ਉਹ ਗੱਲ ਨਹੀਂ ਕੀਤੀ ਜਾ ਰਹੀ। ਇਸੇ ਕਰਕੇ ਲੋਕ ਅਸੀਂ ਕਹਿ ਦਈਏ ਵੀ ਤੀਜੀ ਚੌਥੀ ਪੰਜਵੀਂ ਪਾਰਟੀ ਵੱਲ ਦੇਖ ਰਹੇ ਨੇ। ਅੱਛਾ, ਆਖਰੀ ਮੁੱਦੇ 'ਤੇ ਗੱਲ ਕਰਦੇ, ਸ਼੍ਰੋਮਣੀ ਅਕਾਲੀ ਦਲ ਦੇ ਦਿਨੋਂ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ, ਜਿਵੇਂ ਕਹਿੰਦੇ ਸੀ ਦੇਸ਼ ਦੇ ਲੋਕਾਂ ਦੇ ਚੰਗੇ ਦਿਨ ਆਉਣਗੇ ਅਤੇ ਅਕਾਲੀਆਂ ਦੇ ਮਾੜੇ ਦਿਨ ਆ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ, ਹੁਣ ਵਾਰੀ ਕਹਿੰਦੇ ਸਿਕੰਦਰ ਸਿੰਘ ਮਲੂਕਾ ਦੀ ਹੈ ਅਤੇ ਕਈ ਆਪ ਹੀ ਛੱਡ ਕੇ ਚਲ ਗਏ ਜਿੱਦਾਂ ਮਨਜੀਤ ਸਿੰਘ ਹੋਣੀ। ਇਹ ਅਕਾਲੀ ਦਲ ਦੀ ਸਿਆਸਤ ਨੂੰ ਕਿਵੇਂ ਦੇਖਦੇ ਕਿ ਇਸ ਮੌਕੇ ਕੋਈ ਪਾਰਟੀ ਇੰਨਾ ਰਿਸਕ ਲੈ ਕੇ ਚੱਲ ਸਕਦੀ ਆ ਕਿ ਜਾਣੇ ਉਹ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਨੇ? ਦੇਖੋ ਜੀ, ਅਸਲ ਤਾਂ ਇਹ ਹੈ ਵੀ 9 ਸਾਲ ਹੋ ਗਏ ਇਸ ਪਾਰਟੀ ਨੂੰ ਜਿਹੜਾ ਇੱਕ ਗੰਭੀਰ ਕ੍ਰਾਈਸਿਸ 'ਚੋਂ ਲੰਘਦਿਆਂ। 2015 'ਚ ਬੇਅਦਬੀ ਕਾਂਡ ਹੋਇਆ ਸੀ, 1920 ਦੇ ਵਿੱਚ ਇਹ ਪਾਰਟੀ ਬਣੀ ਸੀ ਗੁਰਦੁਆਰਾ ਸੁਧਾਰ ਲਹਿਰ 'ਚੋਂ ਗੁਰਦੁਆਰਿਆਂ ਦੀ ਰਾਖੀ ਲਈ, ਚਾਹੇ ਉਹ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ, ਚਾਹੇ ਪੰਜਾਬ ਸਾਹਿਬ ਦਾ ਹੋਵੇ, ਜਿਹੜਾ ਮਰਜ਼ੀ ਹੋਵੇ। ਹੁਣ ਜਿਹੜੀ ਪਾਰਟੀ ਦੇ ਲੀਡਰਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੀ ਸਾਜ਼ਿਸ਼ ਰਚਣ ਦੇ ਜਾਂ ਉਹਦੇ 'ਚ ਇਨਵੋਲਵ ਹੋਣ ਦੇ ਜਾਂ ਉਹਨਾਂ ਨੂੰ ਸਪੋਰਟ ਕਰਨ ਦੇ ਦੋਸ਼ ਲੱਗ ਜਾਣ, ਤਾਂ ਉਸ ਪਾਰਟੀ ਨੂੰ ਤਾਂ ਰੱਬ ਹੀ ਬਚਾ ਸਕਦਾ। ਦੂਜੀ ਗੱਲ, ਸਭ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਅਸਲ ਜਿਹੜਾ ਹੈ ਕ੍ਰਾਈਸਿਸ ਪਾਰਟੀ ਦਾ ਉਹਨੂੰ ਐਡਰੈਸ ਨਹੀਂ ਕੀਤਾ। ਹੁਣ ਅਸੀਂ ਇਹ ਬਾਹਰੀ ਤੌਰ 'ਤੇ ਤਾਂ ਜਿਹੜਾ ਸੰਕਟ ਹੈ ਹੀ ਹੈ, ਪਾਰਟੀ 30-35% ਵੋਟਾਂ ਤੋਂ ਖਿਸਕ ਕੇ ਜਿਹੜੀ ਆ 16-17% ਵੋਟਾਂ 'ਤੇ ਆ ਜਾਂਦੀ ਹੈਗੀ। ਇਸ ਲਈ ਤੁਸੀਂ ਇਹ ਦੇਖੋ ਵੀ ਵੱਡਾ ਵੋਟ ਬੈਂਕ ਜਿਹੜਾ ਪਾਰਟੀ ਦਾ ਉਹ ਖਿਸਕ ਚੁੱਕਿਆ ਹੈ। ਪੰਜਾਬ ਦਾ ਜਿਹੜਾ ਮੇਨ ਸੀ ਇਹ ਕਿਸਾਨਾਂ ਦੀ ਪਾਰਟੀ ਸੀ, ਸਿੱਖਾਂ ਦੀ ਪਾਰਟੀ ਸੀ, ਉਹ ਦੋਨੇ ਇਹਨਾਂ ਤੋਂ ਮੂੜ ਮੋੜ ਚੁੱਕੇ ਨੇ। ਜਦੋਂ ਤੁਹਾਡਾ ਮੇਨ ਜਿਹੜੀ ਹੈ, ਜਿਵੇਂ ਤੁਸੀਂ ਪਹਿਲਾਂ ਬੈਕਬੋਨ ਕਹਿੰਦੇ ਸੀ, ਇਹਨਾਂ ਦੀ ਤਾਂ ਜ਼ਮੀਨ ਹੀ ਹਿੱਲ ਚੁੱਕੀ ਹੈ, ਇਹਨਾਂ ਦੀ ਤਾਂ ਨੀਂਹ ਜਿਹੜੀ ਹੈ ਉਹ ਖਿਸਕ ਗਈ, ਤਾਂ ਉਸ ਤੋਂ ਬਾਅਦ ਜਿਹੜਾ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਜਿਹੜਾ ਪਰਿਵਾਰਵਾਦ ਦਾ ਬੂਟਾ ਇਸ ਪਾਰਟੀ 'ਚ ਲਾ ਗਏ ਸੀ, ਪਹਿਲ ਮੁੰਡਾ ਵੀ, ਭਤੀਜਾ ਵੀ, ਜੁਆਈ ਵੀ, ਮੁੰਡੇ ਦਾ ਸਾਲਾ ਵੀ, ਹੋਰ ਵੀ ਕਈ ਰਿਸ਼ਤੇਦਾਰ ਜਿਹੜੇ ਆ ਉਹ ਪਾਰਟੀ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਪਦਵੀਆਂ ਤੱਕ ਪਹੁੰਚੇ, ਉਹ ਹੁਣ ਨੂੰ ਵੀ ਉਹ ਹੁਣ ਲੱਗਦਾ ਵੀ ਜਿਹੜਾ ਉਹੀ ਜਿਹੜਾ ਮੁੱਦਾ ਇਸ ਪਾਰਟੀ ਨੂੰ ਇੱਕ ਤਰ੍ਹਾਂ ਨਾਲ ਲੈ ਬੈਠੂ, ਕਿਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਕੁਛ ਮੁਸਰ ਚੱਲਦੀ ਹੈ, ਕੀ ਹੈ ਆਪਣੇ ਸਭ ਦੇ ਸਾਹਮਣੇ ਹੈ। ਤੁਸੀਂ ਇਹ ਦੇਖੋ, ਸਭ ਤੋਂ ਵੱਡੀ ਟ੍ਰੈਜਡੀ ਹੈ, ਪੰਜਾਬ ਦੀ ਮੇਨ ਪਾਰਟੀ ਹੈ, ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਕਾਂਗਰਸ ਨੰਬਰ 1 'ਤੇ ਪੁਰਾਣੀ, ਨੰਬਰ 2 'ਤੇ ਅਕਾਲੀ ਦਲ ਪੁਰਾਣਾ। ਅਕਾਲੀ ਦਲ ਨੂੰ ਅੱਜ 2-3 ਹਲਕਿਆਂ ਤੋਂ ਬਾਅਦ ਕੋਈ ਮੁਕਾਬਲੇ 'ਚ ਹੀ ਨਹੀਂ ਮੰਨਦਾ, ਬਿਲਕੁਲ। ਇਸ ਲਈ ਇਹਨਾਂ ਨੂੰ ਅੰਤਰ ਝਾਤ ਦੀ ਬਹੁਤ ਵੱਡੀ ਲੋੜ ਹੈ। ਸਿਰਫ ਇਹ ਨਹੀਂ ਵੀ ਬਠਿੰਡਾ ਜਿੱਤ ਲੈਣ ਨਾਲ ਹੀ ਅਕਾਲੀ ਬਚ ਸਕਦੇ ਆ ਜਾਂ ਬਾਦਲ ਪਰਿਵਾਰ ਬਚ ਸਕਦਾ, ਪੰਜਾਬ
ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਸਿੱਖੀ ਦੀ ਗੱਲ ਕਰਦੇ ਹਾਂ, ਤਾਂ ਅਕਾਲੀ ਦਲ ਦਾ ਜਿਉਂਦੇ ਰਹਿਣਾ, ਅਕਾਲੀ ਦਲ ਦਾ ਰਾਜਨੀਤਿਕ ਤੌਰ 'ਤੇ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਪਰ ਜਿਹੋ ਜਿਹੇ ਲੱਛਣਾਂ 'ਤੇ ਅਕਾਲੀ ਦਲ ਦੀ ਲੀਡਰਸ਼ਿਪ ਲੱਗੀ ਹੋਈ ਹੈ, ਮੈਨੂੰ ਲੱਗਦਾ ਵੀ ਇਹ ਜਿਹੜਾ ਇਹ ਪੰਜਾਬੀਆਂ ਨਾਲ ਬਹੁਤ ਵੱਡਾ ਪੰਜਾਬੀਆਂ ਦਾ ਨੁਕਸਾਨ ਹੋਊਗਾ, ਜਿਹੜਾ ਕਿ ਅਕਾਲੀ ਲੀਡਰਸ਼ਿਪ ਅੰਤਰ ਝਾਤ ਜਿਹੜੀ ਉਹ ਨਹੀਂ ਮਾਰ ਰਹੇ। ਜਿਹੜੀ ਪਾਰਟੀ ਤੁਸੀਂ ਇਹ ਦੇਖੋ ਵੀ 13 ਹਲਕਿਆਂ 'ਚ ਜਿੱਥੇ ਪਹਿਲੇ ਨੰਬਰ 'ਤੇ ਜਾਂ ਦੂਜੇ ਨੰਬਰ 'ਤੇ ਹੁੰਦੀ ਸੀ, ਹੁਣ 2 ਜਾਂ 3 ਹਲਕਿਆਂ 'ਚ ਜਿਹੜਾ ਮੰਨਿਆ ਜਾਂਦਾ ਮੁਕਾਬਲੇ 'ਚ, ਬਾਕੀਆਂ ਤਾਂ ਕੋਈ ਕਹਿੰਦਾ 5ਵੇਂ ਨੰਬਰ 'ਤੇ ਆਊ, ਕਹਿੰਦਾ 4th 'ਤੇ ਆਊ, ਕਹਿੰਦਾ 3rd 'ਤੇ ਆਊ। ਹਾਲਾਤ ਦੇਖੋ ਵੀ ਇਸ ਪਾਰਟੀ ਦੇ ਕਿਸ ਹੱਦ ਤੱਕ ਜਿਹੜੇ ਆ ਉਹ ਚਲੇ ਗਏ ਨੇ। ਅੱਛਾ, ਮਹਿਸੂਸ ਕਰਦੇ ਕਿ ਅਕਾਲੀ ਦਲ ਦਾ ਜੋ ਕ੍ਰਾਈਸਿਸ 'ਚੋਂ ਗੁਜ਼ਰ ਰਹੀ ਹੈਗੀ ਇੱਕ ਵੱਖਰੇ 'ਚੋਂ, ਪਰ ਦੇਸ਼ ਅੰਦਰ ਸ਼੍ਰੋਮਣੀ ਅਕਾਲੀ ਦਲ ਸਮੇਤ ਖੇਤਰੀ ਪਾਰਟੀਆਂ ਦਾ ਜਿਉਣਾ ਜੀਂਦੇ ਰਹਿਣਾ ਉਹ ਕਿੰਨਾ ਕੁ ਮਹੱਤਵਪੂਰਨ ਸਮਝਦੇ ਹੋ? ਦੇਖੋ, ਖੇਤਰੀ ਪਾਰਟੀਆਂ ਦੀ ਰਾਜਨੀਤੀ ਅਸੀਂ ਇਹ ਕਹਿ ਲਈਏ ਵੀ 1996 ਤੋਂ ਬਾਅਦ ਬਹੁਤ ਇੱਕ ਤਰ੍ਹਾਂ ਨਾਲ ਭਾਰੂ ਰਹੀ ਹੈਗੀ ਹਿੰਦੁਸਤਾਨ ਦੇ ਵਿੱਚ। ਜਿਹੜੀ 1996 ਦੀ ਸਰਕਾਰ ਬਣੀ, 98 ਦੀ ਬਣੀ, ਫਿਰ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਬਣੀਆਂ, ਕਈ ਸਰਕਾਰਾਂ ਤਾਂ ਟੋਟਲੀ UPA 1-2 ਵੀ ਸੀ, ਉਹ ਓਰੀਜਨਲ ਪਾਰਟੀਆਂ 'ਤੇ ਸਾਰੀਆਂ ਡਿਪੈਂਡੈਂਟ ਸੀਗੀਆਂ। ਇਸ ਲਈ ਜਦੋਂ ਅਸੀਂ ਸਟੇਟਾਂ ਦੀ ਗੱਲ ਕਰਦੇ ਹਾਂ, ਕਈ ਸਟੇਟਾਂ ਦੇ ਵਿੱਚ ਰੀਜਨਲ ਪਾਰਟੀਆਂ ਦਾ ਦਬਦਬਾ ਹੋਣ ਦਾ ਇਹ ਫਾਇਦਾ ਹੋਇਆ ਵੀ ਉਹਨਾਂ ਸਟੇਟਾਂ ਦਾ ਵਿਕਾਸ ਬਹੁਤ ਹੋਇਆ। ਚੰਦਰ ਬਾਬੂ ਨਾਇਡੂ ਬਾਰੇ ਮੰਨਿਆ ਜਾਂਦਾ ਸੀ ਵੀ ਆਂਧਰਾ ਪ੍ਰਦੇਸ਼ ਦਾ ਦੀ ਬਹੁਤ ਡਿਵੈਲਪਮੈਂਟ ਹੋਈ। ਇਸ ਲਈ ਅਸੀਂ ਇਹ ਮੰਨਦੇ ਹਾਂ, ਤਾਮਿਲਨਾਡੂ 'ਚ ਤਾਂ ਹੈ ਹੀ ਰੀਜਨਲ ਪਾਰਟੀਆਂ, DMK ਅਤੇ ਅੰਨਾ DMK, ਕੇਰਲਾ ਲਾ ਲਓ CPM, ਅਤੇ ਜਿਹੜਾ ਉਹ ਕਾਂਗਰਸ ਦੀ ਅਗਵਾਈ ਵਾਲਾ ਜਿਹੜਾ ਇੱਕ ਗੱਠਜੋੜ ਹੈ ਉਹ ਕਾਬਜ਼ ਰਿਹਾ ਹੈਗਾ। ਇਸ ਲਈ ਰੀਜਨਲ ਪਾਰਟੀਆਂ ਪੰਜਾਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੀਆਂ ਨੇ ਪਾਉਂਦੀਆਂ ਰਹੀਆਂ ਨੇ। ਰੀਜਨਲ ਪਾਰਟੀਆਂ ਮਜ਼ਬੂਤ ਰਹਿਣ ਨਾ ਰਹਿਣ, ਪਰ ਹਿੰਦੁਸਤਾਨ 'ਚ ਜਮਹੂਰੀਅਤ ਨੂੰ ਮਜ਼ਬੂਤ ਰੱਖਣ ਲਈ, ਅਸੀਂ ਇਹ ਕਹਿੰਦੇ ਵੀ ਡੈਮੋਕ੍ਰੇਸੀ ਨੂੰ ਮਜ਼ਬੂਤ ਰੱਖਣ ਲਈ ਅਤੇ ਡਿਕਟੇਟਰਸ਼ਿਪ ਨੂੰ ਕੱਟ ਕਰਨ ਲਈ ਓਪੋਜੀਸ਼ਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਚਾਹੇ ਉਹ ਨੈਸ਼ਨਲ ਲੈਵਲ ਦੀ ਪਾਰਟੀ ਦੇ ਰੂਪ 'ਚ ਹੋਵੇ, ਚਾਹੇ ਉਹ ਖੇਤਰੀ ਪਾਰਟੀਆਂ ਦੇ ਰੂਪ 'ਚ ਹੋਵੇ। ਇਹ ਮੰਨਣਾ ਵੀ ਓਪੋਜੀਸ਼ਨ ਦਾ ਮਜ਼ਬੂਤ ਹੋਣਾ ਹਿੰਦੁਸਤਾਨ ਨੂੰ ਬਚਾ, ਇਸੇ ਤਰ੍ਹਾਂ ਦਾ ਸਟਰਕਚਰ ਜਿਹੜਾ ਉਹ ਕਾਇਮ ਰੱਖਣ ਲਈ ਉਹ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਉਮੀਦ ਕਰਦੇ ਕਿ ਇਹ ਸਾਡੀ ਵਾਰਤਾਲਾਪ ਤੁਹਾਨੂੰ ਪਸੰਦ ਆਏਗੀ, ਕਿਉਂਕਿ ਸਾਰੇ ਮੁੱਦਿਆਂ 'ਤੇ ਗੱਲ ਕੀਤੀ, ਪਰਿਵਾਰਵਾਦ ਤੋਂ ਲੈ ਕੇ ਖੇਤਰਵਾਦ ਤੋਂ ਲੈ ਕੇ ਦੇਸ਼ ਦੀ ਸਿਆਸਤ ਤੱਕ। ਫਿਲਹਾਲ ਸਾਨੂੰ ਦਿਓ ਆ ਗਿਆ, ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।